ਕਦੇ ਕਿਸੇ ਕਿਸੇ ਤੱਕ ਪਹੁੰਚਾਇਆ ਠੀਕ ਹੈ ਨਾ ਮੈਨੂੰ ਕਿਸ ਨੇ ਕਿਸੇ ਮੈਂ ਆਉਰੇ ਦਮ ਕਰਕੇ ਆਇਆ ਯਾਰ ਮੈਂ ਆਪਣੇ ਗਾਣੇ ਆ ਕਰਕੇ ਆ ਨਾ ਮੈਂ ਆਪਣੇ ਕਰੈਕਟਰ ਕਰਕੇ ਆ ਹੁਣ ਇਹ ਹੋਰ ਲੰਡੂ ਗੱਲਾਂ ਕਰਦੇ ਆ ਮੈਂ ਯਾਰ ਜਦੋਂ ਮੈਂ ਸਟਾਰਟ ਕੀਤਾ ਸੀ ਮੈਨੂੰ ਕਿਹੜਾ ਪਤਾ ਸੀ ਮੈਂ ਕਲਾਕਾਰ ਬਣਨਾ ਠੀਕ ਹੈ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਇਆ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਏਡੀ ਉੱਪਰ ਚੱਲ ਜਾਣਾ ਜਾਂ ਕੁਝ ਹੋਰ ਚੱਲ ਜਾਣਾ ਮੈਂ ਕਿਸੇ ਤੇ ਭਰੋਸਾ ਕਰਦਾ ਮੇਰੇ ਮੇਰੇ ਚਾਰ ਭਰਾ ਹੋਣਗੇ ਤੁਹਾਡੇ ਵੀ ਚਾਰ ਭਰਾ ਹੋਣਗੇ ਹਨ ਮੈਂ ਉਹਨਾਂ ਨਾਲ ਯਾਰ 10 ਮਿੰਟ ਹੱਸ ਖੇਡ ਵੀ ਸਕਦਾ ਚੌੜ ਵੀ ਕਰ ਸਕਦਾ ਅਜੀ ਕੁਝ ਗਲਤ ਹਰਕਤਾਂ ਵੀ ਕਰਦੇ ਹੋ ਕਰਦੇ ਹੋ ਸਕਦੇ ਆ ਗਾਲਾਂ ਕੱਢ ਸਕਦੇ ਆ ਇੱਕ ਦੂਜੇ ਨੂੰ ਤੇ ਜਦੋਂ ਮਤਲਬ ਵੀ ਤੁਹਾਡੀ ਵਿਗੜ ਗਈ ਤਾਂ ਤੁਸੀਂ ਉਹਨਾਂ ਦੀਆਂ ਸਨੈਪ ਚਟਾਂ ਪਾਉਣ ਲੱਗ ਜੋ ਵੀ ਜੀ ਇਹ ਆ ਕੁਝ ਕਰਦਾ ਸੀ ਇਹ ਲੰਡੂ ਵਾਲੀਆਂ ਗੱਲਾਂ ਹੁੰਦੀਆਂ ਨੇ ਨਾਲੇ ਮੇਰਾ ਕੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਮੈਂ ਨਾ ਉਹਦੇ ਇੱਥੇ ਨਾ ਮੈਂ ਤਾਂ ਨਾ ਮੈਂ ਲੋਕਾਂ ਨੂੰ ਇਹ ਆਖਿਆ ਮੈਂ ਸੱਚਾ ਸੁੱਚਾ ਜੀ ਮੈਂ ਤਾਂ ਕਰੇ ਕੋਈ ਗਲਤੀ ਕੀਤੀ ਨਹੀਂ ਮੈਂ ਕਹਿੰਦਾ ਵੀ ਮੈਂ ਇੱਕ ਠੋਕ ਕੇ ਗਲਤੀਆਂ ਕੀਤੀਆਂ ਪਰ ਮੈਂ ਜਿਹੜੀ ਗਲਤੀ ਕੀਤੀ ਹੈ ਮੈਂ ਉਹ ਤੋਂ ਸਿੱਖਿਆ ਤੇ ਮੈਂ ਕਦੇ ਰਿਪੀਟ ਨਹੀਂ ਕੀਤੀ ਜੇ ਜਿਵੇਂ ਮੈਂ ਥੋੜੀ ਵਾਲੀ ਗਲਤੀ ਕੀਤੀ ਸੀ ਮੈਂ ਕਦੇ ਰਿਪੀਟ ਨਹੀਂ ਕਰੂੰਗਾ ਜ਼ਿੰਦਗੀ ਦੇ ਵਿੱਚ ਵੀ ਕਿਸੇ ਬੰਦੇ ਤੇ ਭਰੋਸਾ ਕਿਸੇ ਬੰਦੇ ਨੂੰ ਭਰਾ ਮੋਂਦਨ ਵੀ ਇਹ ਗੱਲ ਕਹੀ ਸੀ ਠੀਕ ਹੈ ਨਾ ਲੱਖ ਮੇਰੀਆਂ ਸਨੈਪਚੈਟਾਂ ਪਾ ਲੋ ਪ੍ਰਾਣੀਆਂ ਧਰਾਣੀਆਂ ਕੱਢ ਕੇ ਮੈਂ ਪੱਗ ਟੇਢੀ ਧਰੀਏ ਸਿੱਧੀ ਧਰੀਏ ਮੈਨੂੰ ਲੱਖ ਬਦਨਾਮ ਕਰ ਦੋ ਇਹ ਨਸ਼ੇ ਕਰਦਾ ਜਾਂ ਕੁਝ ਹੋਰ ਕਰਦਾ ਜਿੰਨਾ ਮੈਂ ਜਿੰਨਾ ਗਿੱਧਾ ਪਾਉਣਾ ਮੈਂ ਜਿੱਦਾ ਉਨਾਂ ਹੀ ਪਾਉ ਮੇਰੀ ਫੀਲਡ ਦੇ ਵਿੱਚ ਮੈਨੂੰ ਪਤਾ ਹੈ ਮੇਰੇ ਵੈਗਰੂ ਦਾ ਮੇਰੇ ਸਿਰ ਤੇ ਹੱਥ ਹੈ ਮੈਂ ਗਾਹ ਪਾ ਕੇ ਰੱਖੂੰਗਾ ਠੀਕ ਹੈ ਨਾ ਨਾ ਮੈਂ ਤੁਹਾਨੂੰ ਨਾ ਅਜੇ ਤੱਕ ਮੇਰੀ ਇਹ ਸੋਚ ਰਹੀ ਜੀ ਵੀ ਮੈਂ ਕਿਸੇ ਦਾ ਨੁਕਸਾਨ ਕਰਾਂ ਮੈਂ ਨੁਕਸਾਨ ਹਜੇ ਤੱਕ ਕੀਤਾ ਵੀ ਨਹੀਂ ਤੇ ਨਾ ਮੈਂ ਕਦੇ ਕਿਸੇ ਕਦੇ ਕਿਸੇ ਦਾ ਕਰਨਾ ਹਨ ਪਰ ਹਾਂ ਜਿਹੜਾ ਤੁਸੀਂ ਆ ਗਾਣੇ ਕਹਿ ਰਹੇ ਨਾ ਵੀ ਮੇਰੀ ਵੀਡੀਓ ਡਾਤੀ ਆ ਹਾਂ ਇਹ ਸਾਡੇ ਬੰਦਿਆਂ ਨੇ ਅਡਾਈ ਸੀ ਠੀਕ ਹੈ ਨਾ ਪਰ ਜਦੋਂ ਕਿਸ ਨੂੰ ਤੁਸੀਂ ਉਂਗਲਾ ਮਾਰੀ ਜਾਉਂਗੇ ਮਾਰੀ ਜਾਉਂਗੇ ਕਿਸ ਨੂੰ ਬੋਲੀ ਜਾਉਂਗੇ ਅਗਲਾ ਕੀ ਕਰੂਗਾ ਠੀਕ ਹੈ ਨਾ ਮੈਂ ਤਾਂ ਇਸ ਵੇਲੇ ਆ ਮੈਂ ਹੁਣ ਵੀ ਬੈਠਾ ਮੈਂ ਖੇਤ ਤੁਰਿਆ ਫਿਰਦਾ ਪਰਲੇ ਪਾਸੇ ਟਰੈਕਟਰ ਵਾਹੀ ਜਾਂਦਾ ਮੈਨੂੰ ਇਹਨਾਂ ਲੈਣਾ ਦੇਣਾ ਨਹੀਂ ਹੁੰਦਾ ਮੈਨੂੰ ਤਾਂ ਫੋਨ ਕਰਕੇ ਦਾਦਾ ਬਾਈ ਤੂੰ ਗਾਣਾ ੜਾ ਬਾਈ ਯਾਰ ਲੋਕ ਫੇਰ ਨੈਗੇਟਿਵ ਬੋਲਣ ਲੱਗ ਗਏ ਮਾਹ ਯਾਰ ਮੈਂ ਤਾਂ ਕਰਕੇ ਅੱਕ ਅੱਕ ਕੇ ਲਾਈਵ ਹੋਇਆ ਵੀ ਭਰਾ ਜਦੋਂ ਤੁਸੀਂ ਕਿਸੇ ਦੇ ਉੱਤੇ ਚੜੀ ਜਾਉਂਗੇ ਚੜੀ ਜਾਉਂਗੇ ਚੜੀ ਜਾਉਂਗੇ ਫਿਰ ਉਹ ਫਿਰ ਲਾਖੀ ਸੱਟੂਗਾ ਨਾ ਭਰਾ ਫਿਰ ਉਹ ਅਗਲਾ ਕਹੂਗਾ ਵੀ ਕੀ ਯਾਰ ਮੈਂ ਤੁਹਾਡਾ ਦੇਣਾ ਕੁਝ ਇੱਕ ਤਾਂ ਥਾਲੇ ਤੁਹਾਨੂੰ ਇੱਥੋਂ ਤੱਕ ਲੈ ਕੇ ਆਇਆ ਨਾਲ ਆਪਦੇ ਕਿਹੜਾ ਕਿੰਨੇ 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 ਮਿਊਜ਼ਿਕ ਪ੍ਰੋਡਿਊਸਰਾਂ ਦੇ ਕਿੰਨੇ ਵੱਡੀਆਂ ਵੱਡੀਆਂ ਐਲਬਮਾਂ ਤੇ ਵੱਡੇ ਵੱਡੇ ਗਾਣੇ ਕੀਤੇ ਆ ਭਰਾ ਇੱਕ ਬੰਦਾ ਦੱਸ ਦੋ ਕੋਈ ਬੰਦਾ ਸ਼ੋਹ ਸ਼ੋਹ ਲਾਉਂਦਾ ਰਿਹਾ ਮੈਂ ਤੁਹਾਨੂੰ ਲਾਵਾਂ ਆਪਣੇ ਨਾਲ 24 ਘੰਟੇ ਇੱਧਰ ਬਈ ਉਹ ਸ਼ੋਹਾਂ ਤੇ ਪੈਸੇ ਸ਼ੋਹਾਂ ਦੇ ਪੈਸੇ ਤਾਂ ਨਹੀਂ ਭੁੱਲੇ ਹੋਵੰਗੇ ਕਿ ਉਹ ਵੀ ਯਾਦ ਕਰਵਾਵਾਂ ਮੈਂ ਮੈਨੂੰ ਪਤਾ ਹੁਣ ਜਿਹੜੇ-ਜਿਹੜੇ ਬੰਦਿਆਂ ਨੂੰ ਮੈਨੂੰ ਬੰਦਿਆਂ ਤੋਂ ਮੈਨੂੰ ਫਾਇਦਾ ਨਹੀਂ ਮੇਰੇ ਤੋਂ ਜਿਨ੍ਹਾਂ ਨੂੰ ਫਾਇਦਾ ਨਹੀਂ ਮਿਲ ਰਿਹਾ ਨਾ ਉਹ ਤੁਸੀਂ ਸਾਰੇ ਇਕੱਠੇ ਹੋਏ ਫਿਰਦੇ ਹੋ ਵੀ ਐਂ ਕਰਕੇ ਵੀ ਬਾਈ ਆਪਾਂ ਸਾਰੇ ਇਕੱਠੇ ਆ ਸਿੱਧੂ ਕਹਿੰਦਾ ਵੀ ਸਿੱਧੂ ਨੇ ਸਾਡੇ ਨਾਲ ਵੀ ਐਂ ਕੀਤਾ ਸਿੱਧੂ ਨੇ ਸਾਡੇ ਨਾਲ ਵੀ ਐਂ ਕੀਤਾ ਜੇ ਫੁੱਦੂ ਗੱਲਾਂ ਕਰੋਗੇ ਤਾਂ ਭਰਾਵਾ ਸਾਰਿਆਂ ਨਾਲ ਹੀ ਐਂ ਹੋਊਗਾ ਮੁੱਕਦੀ ਗੱਲ ਇਹ ਆ ਮੈਂ ਵੀ ਆਪਣੇ ਮਾਪਿਓ ਵਾਸਤੇ ਕੁਛ ਨਾ ਕੁਛ ਕਰਨਾ ਠੀਕ ਹੈ ਮੇਰੀ ਵੀ ਆਪਣੀ ਫੈਮਿਲੀ ਹੈ ਮੇਰਾ ਵੀ ਆਪਣਾ ਫਿਊਚਰ ਹੈ ਮੈਂ ਸਾਰੀ ਜ਼ਿੰਦਗੀ ਦਾਨ ਨਹੀਂ ਭਰਾਵਾ ਮੈਥੋਂ ਹੁੰਦਾ ਠੀਕ ਹੈ ਨਾ ਮੈਂ ਆਪਣੀ ਮਿਹਨਤ ਕਰਦਾ ਨਾ ਮੈਂ ਕਿਸੇ ਦੀ ਸਿੰਗਲ ਪੈਸੀ ਪੈਣੀ ਦੱਬੀ ਹੈ ਨਾ ਮੈਂ ਦੱਬਾਂ ਤੇ ਨਾ ਹੀ ਮੈਂ ਕਿਸ ਨੂੰ ਦੱਬਣ ਦੇਵਾਂਸ ਆਲੇ ਨੂੰ ਠੀਕ ਹੈ ਨਾ ਇਹ ਮੁਕਦਾ ਹਸਾਬ ਕਿਤਾਬ ਇਹ ਆ ਪਿੰਡਾਂ ਚੁੱਟੇ ਹੋਇਆ ਸਿੱਧੇ ਜੱਟ ਬੂਟਾ ਨਾ ਅੰਗਰੇਜ਼ੀ ਆਉਂਦੀ ਹੈ ਨਾ ਫੁੱਦੂ ਜਾ ਖਿਚਣਾਉਂਦਾ ਲੋਕਾਂ ਦਾ ਵੀ ਜਾਂ ਅਸੀਂ ਜੀ ਉਹ ਸਾਨੂੰ ਤੋਂ ਇੰਗਲਿਸ਼ ਬਹੁਤ ਮੈਂ ਇੰਗਲਿਸ਼ ਗੋਲੋਂ